ਛੋਟਾ ਸ਼ੁਰੂ ਕੀਤਾ ਜੀ ਕਮਰੇ ਵਾਲਾ, ਤਾਂ ਕਿਚਨ ਵਾਲਾ ਜਿਹੜੇ ਦੀਵਾਰ ਆ ਨਾ ਸਾਂਝੀ ਜਿਹੜੀ ਹੈ ਨਾ ਕਮਰੇ ਦੀ ਅਤੇ ਕਿਚਨ ਦੀ, ਇਹ ਹੁਣ ਸ਼ੁਰੂ ਕਰ ਲਈਏ। ਮਾਸ਼ਾਅੱਲਾ ਕੰਮ ਅੱਜ ਠੀਕ ਚੱਲ ਰਿਹਾ। ਅਸਲਾਮ ਵਾਲੇਕੁਮ ਜੀ, ਦੱਸੋ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਅਭੀ ਅੱਜ ਤੀਸਰਾ ਦਿਨ ਆ ਜੀ, ਅਤੇ ਮਾਸ਼ਾਅੱਲਾ ਟੋਟਾ ਜਿਹੜਾ ਨਾ ਲੱਗ ਗਿਆ ਸਾਡਾ, ਤਕਰੀਬਨ ਟਾਈਮ ਹੋਇਆ 9:30 ਦਾ ਜੀ। ਇਨਸ਼ਾਅੱਲਾ ਅੱਜ ਕੰਮ ਜਿਹੜਾ ਨਾ ਮਾਸ਼ਾਅੱਲਾ ਸਹੀ ਚੱਲ ਰਿਹਾ। ਟੋਟਾ ਬਸ 2 ਵਾਰ ਆ ਗਏ ਟੋਟੇ ਦੇ, ਅਤੇ ਇਹ ਬੋਰ ਹੋ ਰਿਹਾ ਜੀ ਪੰਪ ਦਾ, ਬੋਰ ਵਾਲੇ ਵੀ ਅੱਜ ਮਾਸ਼ਾਅੱਲਾ ਆ ਗਏ ਨੇ ਜੀ। ਸ਼ਾਮ ਤੱਕ ਜਿਹੜਾ ਇਹਨਾਂ ਨੇ ਪੰਪ ਸ਼ੰਪ ਜਿਹੜਾ ਨਾ ਚਲਾ ਦਿੰਦੇ ਆ ਜੀ। ਵਾਸ਼ਰੂਮ ਸ਼ੁਰੂ ਹੋ ਗਿਆ ਜੀ ਦੋਨੋਂ ਸਾਈਡਾਂ ਜੀ, ਅਤੇ ਇਹਨੂੰ ਜੀ ਹੁਣ ਕਰਨਾ ਜੀ 2 ਵਾਸ਼ਰੂਮ ਕਰਨੇ ਨੇ। 12 ਫੁੱਟ ਦੀ ਨਾ ਲੰਬਾਈ ਸੀ, ਇੱਕ ਨੂੰ ਬੈਠਕ ਨੂੰ ਅਟੈਚ ਦੇਣਾ ਜੀ, ਇੱਥੇ ਕੋਨੇ ਚਗਾਠ ਆਉਣੀ ਹੈ, ਇੱਕ ਘਰ ਨੂੰ ਜੀ ਹਾਰ ਨੂੰ ਆ ਗਈ ਚਗਾਠ ਜੀ। ਇਹ ਜੀ ਵਾਸ਼ਰੂਮ ਦੇ ਜਿਹੜੇ ਟੋਟੇ ਦੋਵੇਂ ਮੁਕੰਮਲ ਹੋ ਗਏ ਨੇ। ਇਹ ਜੀ ਚਗਾਠ ਆਈ ਹੈ ਡਰਾਇੰਗ ਰੂਮ ਨੂੰ ਬੈਠਕ ਨੂੰ, ਅਤੇ ਇਹ ਵਾਸ਼ਰੂਮ ਦੇ ਦਾੜੇ ਨੇ ਜਿਹੜੇ 2 ਵਾਸ਼ਰੂਮ ਕਰਨੇ ਨੇ। ਘਰ ਵਾਲਾ 7 ਫੁੱਟ ਰੱਖ ਦਿੱਤਾ ਅਤੇ ਆ 5 ਫੁੱਟ ਰੱਖ ਦਿੱਤਾ ਜੀ। ਟੋਟਾ ਸ਼ੁਰੂ ਕੀਤਾ ਜੀ ਕਮਰੇ ਵਾਲਾ, ਤਾਂ ਕਿਚਨ ਵਾਲਾ ਜਿਹੜੇ ਦੀਵਾਰ ਆ ਨਾ ਸਾਂਝੀ ਜਿਹੜੀ ਹੈ ਨਾ ਕਮਰੇ ਦੀ ਅਤੇ ਕਿਚਨ ਦੀ, ਇਹ ਹੁਣ ਸ਼ੁਰੂ ਕਰ ਲਈਏ। ਮਾਸ਼ਾਅੱਲਾ ਕੰਮ ਅੱਜ ਠੀਕ ਚੱਲ ਰਿਹਾ। ਆ ਜੀ ਇਹ ਕਮਰੇ ਟੋਟਾ ਸੀ ਸੈਂਟਰ ਵਾਲਾ, ਇਹ ਕੰਪਲੀਟ ਹੋ ਗਿਆ ਸੀ, ਅਤੇ ਆਹ ਟੋਟੇ ਹੁਣ ਸ਼ੁਰੂ ਕੀਤਾ ਜੀ ਮਾਸ਼ਾਅੱਲਾ। ਇਹ ਵੀ ਲੱਗ ਚੱਲਾ ਜੀ, 4 ਵਾਰ ਰਹਿ ਗਏ ਨੇ ਸਾਰੇ ਦੇ, ਮਿਸਤਰੀ ਲੱਗੇ ਨੇ 3 ਜੀ, ਧੂੜਾ ਪੱਟੀ ਜਾਂਦੇ ਬਿਨਾਂ ਜੇ 3 ਹੀ ਮਜ਼ਦੂਰ ਨੇ, ਇੱਕ ਹੈ ਜੀ ਟੋਪੀ ਵਾਲਾ ਅਤੇ ਇੱਕ ਨੀਲੀ ਸ਼ਰਟ ਵਾਲਾ ਅਤੇ ਇੱਕ ਉਹ ਖੱਟੀ ਸ਼ਰਟ ਵਾਲਾ।